ਹਾਂ ਜੀ ਦੋਸਤੋ, ਹਾਈ ਸਾਹਿਬ ਦੀ ਘੋੜੀ ਮੁਕੰਮਲ ਡਿਟੇਲ ਦੇ ਨਾਲ ਤੁਸੀਂ ਸ਼ੌਕ ਕਰਨਾ ਇਹਦਾ। ਜਿਹੜੇ ਦੋਸਤ ਅੱਛਿਆਂ ਜਾਨਵਰਾਂ ਦੇ ਸ਼ੌਕੀਨ ਨੇ ਉਹ ਸ਼ੌਕ ਕਰ ਲੈਸਨ, ਪਰਚੇਜ਼ ਕਰਨ ਵਾਲੇ ਵੀ ਆਪਣੀ ਨਜ਼ਰ ਮਾਰ ਲੈਣ। ਹਾਂ ਜੀ ਦੋਸਤੋ, ਸੋਹਣੇ ਸੋਹਣੇ ਜਾਨਵਰਾਂ ਦਾ ਸ਼ੌਕ ਕਰੋ, ਘੋੜੀ ਵੀ ਮੰਗਾ। ਲਓ ਬਈ ਸ਼ੌਕੀਨ ਦਾ ਸ਼ੌਕ ਕਰੋ ਜੀ। ਹੈ ਜੰਗ ਕਾਫੀ ਦਿਨ ਹੋ ਗਏ, ਜੰਗ ਦਾ ਚੱਕਰ ਨਹੀਂ ਲੱਗਾ ਮੇਲਿਆਂ ਤੇ ਸੀ ਪਿਛਲੇ ਦੋ ਚਾਰ ਦਿਨਾਂ ਦੇ ਵਿੱਚ, ਤੇ ਰਾਤੀ ਵਾਪਸ ਆਇਆ ਤੇ ਹੁਣ ਅੱਜ ਜੰਗ ਜਾ ਰਿਹਾ। ਜੰਗ ਕਾਫੀ ਸਾਰੇ ਡੇਰਿਆਂ ਤੇ ਜਾਣਾ, ਬਹੁਤ ਸਾਰਾ ਮਾਲ ਵੇਖਣਾ, ਦੋਸਤਾਂ ਨਾਲ ਸਾਰੇ ਮਾਮਲਾ ਸ਼ੇਅਰ ਕਰਦੇ ਆ। ਰਹਿਣਾ ਮੇਰੇ ਨਾਲ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੈਣਾ। ਅੱਜ ਦੋਸਤੋ ਜੰਗ ਮੈਂ ਪਹੁੰਚ ਚੁੱਕਿਆ ਔਰ ਅੱਜ ਯਾਸੀਰ ਗੜੀ ਨੂੰ ਕੜਿਆਲਾ ਦੇ ਕੇ ਖੜੇ ਹੋਏ ਨੇ ਅੰਦਰ। ਮੈਂ ਬਹੁਤ ਜਲਦੀ ਆ, ਮੈਂ ਆ ਗਿਆ ਔਰ ਗੋੜੀ ਨੂੰ ਮੈਂ ਕੜਿਆਲਾ ਦੇ ਲਿਆ। ਖੈਰ ਪਹੁੰਚ ਚੱਲਾਂ ਬਸ ਇਨਸ਼ਾਲਾ ਇੱਕ ਦੋ ਮਿੰਟ ਦੇ ਵਿੱਚ। ਆਈ ਸਾਹਿਬ ਇਹਨੇ ਆਈ ਸਾਹਿਬ ਕੀ ਲਿਆਂਦਾ ਹੋਇਆ, ਫਿਰ ਆਸਾ ਰਜ਼ਾ ਕਾਸਿਮ, ਫਿਰ ਇੱਕ ਦੋ ਡੇਰੇ ਹੋਰ ਨੇ, ਜਿੱਥੇ ਜਿੱਥੇ ਪੂਰਾ ਆ ਗਿਆ ਫਿਰ ਇਨਸ਼ਾਲਾ ਚੱਕਰ ਲਾ ਕੇ ਜਾਵਾਂਗੇ। ਹਾਈ ਸਾਹਿਬ ਡਾਂਸਰ ਏ, ਡਾਂਸਰ ਏ, ਹੈਂ, ਇਹ ਤਾਂ ਰਾਜ ਦੁਲਾਰੀ ਹੋਈ। ਅੱਛਾ, ਵਾਹ ਗੋੜੀ ਵਾਹ, ਲੈ ਆਓ ਜੀ ਅੱਗੇ ਲੈ ਆਓ, ਇਹਦੀ ਵੀਡੀਓ ਬਣਾਵੀਏ। ਵਾਹ ਗੋੜੀ ਵਾਹ, ਬਸ ਗੋੜੀ ਬਸ ਬਸ ਗੋੜੀ ਬਸ, ਚਲੋ ਮਾਸ਼ਾਅੱਲਾ ਇਹਦੀ ਡਿਟੇਲ ਪਿੰਡ 34 ਤੇ ਹੋਏਗੀ, ਫਾਰ ਸੇਲ ਹੈ ਗੋੜੀ, ਵੀਡੀਓ ਕਰਦੇ ਹਾਂ। ਹਾਂ ਜੀ ਦੋਸਤੋ, ਹਾਈ ਸਾਹਿਬ ਦੀ ਘੋੜੀ ਮੁਕੰਮਲ ਡਿਟੇਲ ਦੇ ਨਾਲ ਤੁਸੀਂ ਸ਼ੌਕ ਕਰਨਾ ਇਹਦਾ। ਜਿਹੜੇ ਦੋਸਤ ਅੱਛਿਆਂ ਜਾਨਵਰਾਂ ਦੇ ਸ਼ੌਕੀਨ ਨੇ ਉਹ ਸ਼ੌਕ ਕਰ ਲੈਸਨ, ਪਰਚੇਜ਼ ਕਰਨ ਵਾਲੇ ਵੀ ਆਪਣੀ ਨਜ਼ਰ ਮਾਰ ਲੈਣ। ਡਿਟੇਲ ਪਿੰਡ 34 ਦੇ ਉੱਤੇ ਹੈ। ਅਤੇ ਦੋਸਤੋ ਗੱਲ ਇਹ ਆ ਵੀ ਇਹ ਜਿਹੜੀਆਂ ਘੋੜੀਆਂ ਜਿਹੜੀਆਂ ਹੁੰਦੀਆਂ ਨਾ, ਅਗਰ ਕੋਈ ਬੰਦਾ ਨੁਕਰੀ 'ਤੇ ਨਹੀਂ ਅਵੜਦਾ ਤਾਂ ਫਿਰ ਇਹ ਜਿਹੀ ਘੋੜੀ ਲੈ ਲਵੇ, ਚੰਬੀ ਘੋੜੀ ਲਵੇ। ਇਹਦੇ ਵਿੱਚ ਨੁਕਰੇ ਦਾ ਬਲੱਡ ਹੁੰਦਾ, ਇਹਦੇ 'ਤੇ ਨੁਕਰਾ ਘੋੜਾ ਅਗਰ ਕ੍ਰਾਸ ਹੋਵੇ ਤਾਂ ਨੁਕਰੇ ਬੱਚੇ ਅੱਗੋਂ ਦਿੰਦੀਆਂ ਨੇ ਔਰ ਜ਼ਿਆਦਾ ਚਾਂਸਿਸ ਹੁੰਦੇ ਨੇ ਇਹਨਾਂ ਘੋੜੀਆਂ ਦੇ ਨੁਕਰਾ ਸੂਣ ਦੇ। ਸ਼ੌਕ ਕਰੋ ਦੋਸਤੋ। ਬਸ ਆ ਗੋੜੀ ਬਸ ਬਸ ਆ ਗੋੜੀ ਬਸ, ਵਾਹ ਗੋੜੀ, ਨੁਕਰਾ ਤਾਂ ਛੋੜੀ ਬਲਾ, ਬਸ ਕਰ ਦੇ ਨੁਕਰਾ ਛੋੜੀ, ਆਈ ਸਾਹਿਬ ਬਸ ਕਰ ਦਿਓ ਇਹਨੂੰ। ਗਰਮੀ ਵੀ ਹੈ ਹਾਲੇ, ਮੌਸਮ ਤਾਂ ਖੈਰ ਤਬਦੀਲ ਹੋ ਗਿਆ, ਲੇਕਿਨ ਅੱਛਾ ਕਈ ਬੰਦੇ ਮੈਂ ਐਸੇ ਵੇਖੇ ਨਹੀਂ ਆਈ ਸਾਹਿਬ ਵੀ ਜਿਨ੍ਹਾਂ ਦੇ ਹੱਥ ਦੇ ਵਿੱਚ ਗੋੜੀ ਗੋੜਾ ਆਵੇ ਤਾਂ ਨੱਚਣ ਲੱਗ ਪਾਉਂਦਾ ਆਪੇ, ਇਹ ਕੀ ਵਜ੍ਹਾ? ਉਹ ਵਜ੍ਹਾ ਇਹ ਨਹੀਂ ਹੁੰਦੀ, ਹਾਂ ਅਸੀਂ ਸਵਾਰ ਕੋਈ ਨਹੀਂ, ਹਾਂਜੀ 6-6 ਮਹੀਨੇ ਅਗਲਾ ਤੂੰ ਕਰਵੇ ਚਵਾ, ਹਾਂਜੀ ਤੇ ਕੁੱਕੜ ਪਾੜੇ, ਹਾਂਜੀ ਹੈ, ਅਸੀਂ ਤਾਂ ਮਜ਼ਦੂਰ ਮਜ਼ਦੂਰ, ਘੋੜੀ ਘੋੜਾ ਜਿਹੜਾ ਨਾ ਜ਼ਹਿਨ ਨਾਲ ਤੇ ਨਸਲ ਨਾਲ ਤੇ ਖੂਨ ਨਾਲ ਕੰਮ ਕਰੇ ਜੀ, ਹੈ ਜਿਹੜਾ ਬੇਖੂਨਾ ਬੇਨਸਲ ਹੋਵੇ ਨਾ ਉਹ ਤਾਂ ਬੰਦਾ ਹੀ ਨਾ ਚੰਗਾ ਹੁੰਦਾ, ਤੇ ਇਹ ਹਵਾਨ ਸ਼ਾਇਦ, ਇਹ ਹਵਾਨ ਹੈ, ਇੰਨੇ ਗੱਲ ਇੰਨੇ ਗੱਲ, ਇਹ ਕੋਈ ਖੂਨ ਤੇ ਵੀ ਹੁੰਦੀ ਖੂਨ ਤੇ ਖਾਸ ਮਸਤਾਨਿਆਂ ਚੋਂ ਘੋੜੀ ਜੀ, ਹਾਂ
ਵਛੇਰੇ ਦਾ ਸ਼ੌਕ ਕਰੋ ਨੁਗਰੇ ਦਾ ਦੇਸੀ ਨੁਕਰਾ ਹੈ, ਚਾਂਦੀ ਨੁਕਰਾ, ਚਾਂਦੀ ਨੁਕਰਾ। ਚਲੋ ਬੰਦ ਹੋ ਜੀ, ਸ਼ੌਕ ਹੋ ਗਿਆ। ਸੋ ਹਸਨ ਰਜ਼ਾ ਦੇ ਡੇਰੇ ਦੇ ਉੱਤੇ ਆ ਗਏ ਹਾਂ, ਔਰ ਤਿੰਨ ਚਾਰ ਜਾਨਵਰ ਨੇ ਹਸਨ ਰਜ਼ਾ ਦੇ। ਉਹ ਬਾਈ, ਠੋਕ ਠੋਕ ਬੰਦ ਕਰੀਏ, ਕਰੀ ਪੁਰਾਣਿਆ, ਇੱਕ ਮਿੰਟ ਸਾਹ ਕੱਢੀ ਯਾਰ, ਤੇਰੀ ਮਿਹਰਬਾਨੀ। ਹਸਨ ਰਜ਼ਾ ਦੀਆਂ ਗੋਲੀਆਂ ਮੁਸ਼ਕਿਲ 5 ਕਲਿਆਣ। ਕੱਚੀ 5 ਕਲਿਆਣ। ਵੀਡੀਓ ਕਰਦੇ ਹਾਂ ਤਾਂ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਪਿੰਡ 34 'ਤੇ। ਬਾਕੀ ਜਾਨਵਰਾਂ ਦਾ ਵੀ ਸ਼ੌਕ ਕਰਨਾ। ਖੁੱਡਾ ਤਿਆਰ ਹੋ ਰਿਹਾ? ਹਾਂ, ਅੱਛਾ। ਇਹ 5 ਕਲਿਆਣ ਗੱਬਾ ਨੇ? ਅੱਛਾ, ਇਹ ਤਾਂ ਤਿਆਰ ਹੈ ਘੋੜੀ। ਇਹ ਵੀ ਗੱਬਣ ਹੈ? ਵਾਹ, ਉੱਤੇ ਘੱਟ ਘੱਟ ਯਾਰ, ਘੱਟ ਸਾਰੇ ਘੱਟ ਦੇ। ਇਹ ਕੋਟ ਕੋਟਾਪਾ ਤੂੰ ਚੜਿਆ ਆ ਉੱਤੇ? ਐਸ ਕੇਅਰ ਦੇ ਵਿੱਚ ਅਗਰ ਤੁਸੀਂ ਮਿਸਾਲਾ ਪਾਓ ਨਾ ਮੇਰੇ ਵਾਲਾ, ਐਸ ਕੇਅਰ ਦੇ ਵਿੱਚ ਤੇ ਕਬੂਤਰਾਂ ਤੁਹਾਡਿਆਂ ਦਾ ਰੇਸ਼ਾ ਖਤਮ ਹੋ ਜਾ। ਉਹ ਅੱਗੇ ਮੇਰੇ ਕੋਲ 2-4 ਦਫਾ ਦੋਸਤ ਲੈ ਕੇ ਗਿਆ ਨੀ, ਇਸਲਾਮਾਬਾਦ ਵੀ ਗਿਆ। ਉਹਨਾਂ ਮੈਨੂੰ ਦੱਸਿਆ ਯਾਰ ਕਿ ਮੈਨੂੰ ਇਸ ਨੁਸਖੇ ਦਾ ਨਾ ਪਤਾ। ਅੱਛਾ, ਮੈਨੂੰ ਇਹ ਵੀ ਨਾ ਪਤਾ ਵੀ ਇੱਟਾਂ ਦੀ ਕੇਅਰ ਇਹਨਾਂ ਨੂੰ ਪੈਂਦੇ ਹੋ ਤੁਸੀਂ। ਪੁਰਾਣਾ ਕਬੂਤਰ ਮੰਗ ਲਵੇ ਦੇ ਵੀ ਛੱਡ ਦਿਓ। ਦੇ ਵੀ ਛੱਡਣੇ ਆ, ਕੋਈ ਦੇ ਵਿੱਚ ਹੱਥ ਲਾਇਆ ਵੀ ਲੈਣੇ। ਅੱਛਾ,
ਇੱਧੇ ਕਿਹੜੇ ਕਬੂਤਰ ਹੈ ਤੇ ਉੱਧੇ ਕਿਹੜੇ ਕਬੂਤਰ ਹੈ? ਜੋੜੇ ਵਾਲੇ ਚਾਰ ਪੰਜ ਬੱਚੇ ਵਾਲੇ ਕਬੂਤਰ ਹੈ ਨੇ। ਅੱਛਾ, ਚਾਰ ਪੰਜ ਜੋੜੇ ਉਹ ਉੱਡਣ ਵਾਲੇ। ਇਹ ਉੱਚੀ ਦੇ ਨੀਵੀਂ ਦੇ? ਨੀਵੀਂ ਵਾਲੇ ਨੀਵੀਂ ਵਾਲੇ ਬਾਦੀ ਉਹਨੇ ਐਵਰੇਜ ਦੀ ਹਨ। ਹਾਂ, ਕਬੂਤਰ ਛੱਡਨੇ ਪੰਜ ਦਿਨ ਨਹੀਂ ਲਗਾਤਾਰ ਐਵਰੇਜ। ਅੱਛਾ, ਦੋ ਕੱਪ ਹਨ ਸਾਡੇ, ਦੋ ਇੰਟਰੀਆਂ ਹਨ, ਇੱਕ 50,000 ਇੰਟਰੀ ਹੈ, ਇੱਕ 20,000 ਇੰਟਰੀ ਹੈ। ਇੱਕ ਵਾਰੀ ਤਾਂ 1-5 ਜਿੱਤਿਆ ਤੂੰ? ਦੋ ਵਾਰੀ ਜਿੱਤਿਆ। ਹਾਂ, ਤੇ ਹੁਣ ਇੱਕ 50,000 ਦੀ ਇੰਟਰੀ ਕੱਪ ਹੈ ਤੇ ਇੱਕ 20,000 ਦੀ ਇੰਟਰੀ ਹੈ, ਤੇ ਤਰੇ ਚੌਂ ਗਰਾਂ ਨਾਲ ਸਿੱਧੀਆਂ ਹੀ ਲੱਗੀਆਂ 50,000। ਅੱਛਾ, ਖੈਰ ਆ ਵੀ ਗੋੜੀ ਦੇ ਹੱਟਾਂ ਦੇ ਜ਼ੁਇਬ। ਵਾਹ ਗੋੜੀ ਵਾਹ, ਹੱਟਾਂ ਦੇ ਉਹਨੂੰ ਚਾਹ ਸਾਂਦੀ ਪਈ ਉਹ ਟੈਂਦਾ ਬਲਾ। ਲੈ ਜਾ ਪੁੱਤਰ ਅੱਗੋਂ। ਬੁਲਾਟ ਤੇ ਡਿਪੈਂਡ ਕਰਦਾ ਮੋੜ ਲਾ ਉਹ ਪੁੱਤਰ ਬੁਲਾਟ ਦੀ ਤਸਵੀਰ ਆਉਂਦੀ ਹੈ, ਇਹ ਸਮਝਾਇਆ ਕੋਈ ਨੀ ਸਮਝਦਾ। ਅੱਛਾ, ਹਾਂਜੀ ਦੋਸਤੋ, ਅੱਜ ਯਾਸੀਨ ਦੀ ਵੀਡੀਓ ਕਰ ਲਈਏ, ਹਸਨ ਰਜ਼ਾ ਦੀ ਕਰ ਲਈਏ, ਹੁਣ ਅੱਗੋਂ ਕਾਸਮ ਦੇ ਡੇਰੇ 'ਤੇ ਜਾਣਾ, ਫਿਰ ਇੱਕ ਹੋਰ ਡੇਰੇ 'ਤੇ ਜਾਣਾ। ਇਸ ਹੁਣ ਜਿਕਦਾ ਇਵੇਂ ਰਾਹ ਦਿੱਤਾ ਤਾਂ ਥਾਂ ਇਹ ਵੀ ਸਿੱਧਾ ਹੋ ਗਿਆ ਪਿੰਡ ਵੱਲ ਨੂੰ। ਆਹਾ, ਹਾਂ ਜੀ ਦੋਸਤੋ, ਸੋਹਣੇ ਸੋਹਣੇ ਜਾਨਵਰਾਂ ਦਾ ਸ਼ੌਕ ਕਰੋ, ਕੋੜੀ ਵੀ ਮੰਗਾ ਲਾ ਬਈ, ਸ਼ੌਕੀਨਾ ਸ਼ੌਕ ਕਰੋ ਜਾਨਵਰਾਂ ਦਾ। ਚਾਂਦੀ ਨੁਕਰਾ ਵਛੇਰਾ, ਇਹਦੀ ਉਮਰ ਕੀ ਹੈ ਵਛੇਰੇ ਦੀ? 5 ਮਹੀਨੇ। ਹਾਂਜੀ ਦੋਸਤੋ, ਸ਼ੌਕ ਕਰੋ ਜੀ, ਸੋਹਣੇ ਸੋਹਣੇ ਜਾਨਵਰਾਂ ਦਾ ਸ਼ੌਕ ਕਰੋ, ਨੁਕਰਾ ਵਛੇਰਾ। ਹਾਂਜੀ, ਅੱਖਾਂ ਕਾਲੀਆਂ, ਚਾਂਦੀ ਨੁਕਰਾ ਵਛੇਰਾ। ਨੀਲੀ ਸਾਵੀ 5 ਕਲਿਆਣ ਵਛੇਰੀ, ਨੀਲੀ ਸਾਵੀ ਇਹਦੀ 10 ਮਹੀਨੇ ਉਮਰ ਦੱਸੀ ਹੋਈ ਹੈ। ਨੁਕਰੀ ਗੋੜੀ, ਅੱਛਾ ਵੈਸੇ ਇਹ ਵਲੌਗ ਵਾਲੀ ਵੀਡੀਓ ਦਾ ਇੱਕ ਫਾਇਦਾ ਹੋ ਜਾਂਦਾ ਵੀ ਮਾਲ ਤੁਹਾਨੂੰ ਸਾਰਾ ਇੱਕ ਵੀਡੀਓ ਦੇ ਵਿੱਚ ਲੱਭ ਜਾਂਦਾ, ਨਜ਼ਰ ਆ ਜਾਂਦਾ। ਹਾਂਜੀ, ਕਾਸੇ ਮੈਂ ਇਸ ਪਾਸੋਂ ਆਵਿਆ ਨਾ, ਕਦੀ ਪਿਛਲੇ ਪਾਸੋਂ ਇਹਨਾਂ ਦੇ ਹੈਂ ਨਹੀਂ ਖਲੋਂਦਾ ਨਹੀਂ ਪਿਆ ਵਛੇਰਾ। ਵਛੇਰਾ ਨਹੀਂ ਟਿਕਦਾ ਪਿਆ। ਚਲੋ ਜੀ, ਸ਼ੌਕ ਕਰੋ, ਸੋਹਣੀਆਂ ਚੀਜ਼ਾਂ ਦਾ ਸ਼ੌਕ ਕਰੋ, ਅਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ। ਚਲੋ ਛੱਡ, ਠੀਕ ਹੈ, ਛੋੜ ਦੇ, ਬੰਦ ਦਿਓ, ਬੰਦ ਦਿਓ, ਬੰਦ ਦਿਓ। ਹਾਂ ਪੁੱਤਰ, ਕੀ ਕਰਨਾ? ਕਿਹੜੀ ਸ਼ਾਦੀ? ਕੁੱਤੀ ਕਿੱਥੇ? ਆਓ ਕੁੱਤੀ ਏ, ਅਤੇ ਤੇਰੀ ਨਾ ਬਣਾਵਾਂ ਵੀਡੀਓ ਹੈਂ।
ਕਿਉਂ? ਕੁੱਤੇ ਦੀ ਔਲਾਦ। ਅੱਛਾ ਵਾਹ ਬਾਈ ਵਾਹ, ਵਾਹ ਬਾਈ ਵਾਹ। ਸਾਡਾ ਐਡਾ ਬਾਲ ਹੋਵੇ ਤੇ ਮਿੱਟੀ ਹੀ ਖੇਡਦਾ ਪਿਆ ਹੋਣਾ, ਉਹ ਜਰਾ ਸੀਮ ਲੱਗ ਜਾ ਸੀ ਇਹਨੂੰ। ਇਸ ਬੱਚੇ ਦੀ ਸਿਹਤ ਵੀ ਯਕੀਨਨ ਸਾਡੇ ਬੱਚਿਆਂ ਨਾਲੋਂ ਜ਼ਿਆਦਾ ਐਕਟਿਵ ਵੀ ਹੈ ਔਰ ਸਿਹਤਮੰਦ ਵੀ ਹੈ ਔਰ ਜਾਨ ਦੇ ਵਿੱਚ ਵੀ ਹੈ। ਹਾਂ ਕੀ ਕਰਾਂ, ਤੇਰੀ ਨਾ ਬਣਾਵਾਂ। ਹਾਂ ਜੀ ਦੋਸਤੋ, ਮੈਂ ਅੱਗੋਂ ਨਵੇਂ ਡੇਰੇ 'ਤੇ ਆ ਗਿਆ ਅਤੇ ਵੀਡੀਓ ਕਰਦਿਆਂ ਕਰਦਿਆਂ ਦਿਨ ਮੈਨੂੰ ਉਤਰ ਗਿਆ। ਮੈਂ ਹੁਣ ਤੁਹਾਨੂੰ ਸਰਸਰੀ ਇੱਕ ਨਜ਼ਰ ਮਰਵਾ ਛੱਡਦਾ। ਇਹ ਇੱਕ ਬਰੀਡਰ ਘੋੜੀ, ਇਹਦਾ ਸ਼ੌਕ ਕਰੋ, ਇਹ 2.5 ਮਹੀਨਿਆਂ ਦੀ ਵਛੇਰੀ ਘੋੜੀ, ਅੱਗੋਂ ਫਿਰ 2.5 ਮਹੀਨਿਆਂ ਦੀ ਕਰਾਸ ਹੈ। ਮਤਲਬ 2.5 ਮਹੀਨੇ ਤੋਂ ਮੁਰਾਦ ਇਹ ਹੈ ਵੀ 9ਵੇਂ ਜਾਂ 10ਵੇਂ 11ਵੇਂ ਦੇ ਉੱਤੇ ਕਰਾਸ ਹੈ। ਇਹ ਨਹੀਂ ਹੁੰਦੀ ਵੀ ਉਹ ਉਸੇ ਦਿਨ ਹੀ ਕਰਾਸ ਹੋ ਗਈ ਹੁੰਦੀ ਹੈ। ਬਾਅਦ ਟਾਈਮ ਫਿਰ ਦੋਸਤ ਆਉਂਦੇ ਨੇ ਵੀ ਯਾਰ ਉਹ 2.5 ਮਹੀਨੇ ਦੀ ਵਛੇਰੀ ਅਤੇ 2.5 ਮਹੀਨੇ ਦੀ ਗੱਬਣ, ਇਹ ਕਿਵੇਂ ਹੋ ਸਕੀ? ਉਹ ਥੋੜ੍ਹੀ ਜਿਹੀ ਗੁੰਜਾਇਸ਼ ਰੱਖ ਲਿਆ ਕਰੋ। ਖੈਰ ਹਾਂ ਪੁੱਤਰ ਨਾ ਕਰ, ਬਾਕੀ ਮਾਲ ਤੇਰਾ ਸਾਰਾ ਬਾਹਰ ਖਲਿਆ ਅਤੇ ਘੋੜਾ ਤੇਰਾ ਮੇਰੇ ਖਿਆਲ ਅੰਦਰ ਵੱਗ ਗਿਆ। ਉਹਨੂੰ ਕੱਢੀ ਤੇਰਾ, ਕੱਢੀ ਕੱਢੀ ਕੱਢੀ, ਹੋਰ ਮਾਲ ਤੁਹਾਨੂੰ ਵਿਖਾਉਂਦੇ ਹਾਂ ਅੱਜ ਤੁਹਾਨੂੰ। ਹਾਂ ਇਹਨੂੰ ਬੰਦ ਦੇ, ਛੱਡ ਦੇ ਇਹਨੂੰ, ਛੱਡ ਦੇ, ਉੱਠ ਜਿਹੜਾ ਤੁਹਾਨੂੰ ਅੱਜ ਬਚੇਰਾ ਇੱਕ ਕੁਮੈਤ 5 ਕਲਿਆਣ ਵੀ ਖਾਣਾ ਵੀ ਜਿਹੜਾ ਹੁਣ ਇਸ ਟਾਈਮ ਘੋੜਾ ਬਣਿਆ ਖਲਾ। ਅਤੇ ਬਛੇਰੇ ਦੀ ਕੀ ਉਮਰ ਦੱਸੀ ਆਈ? 14 ਮਹੀਨੇ 14 ਮਹੀਨਿਆਂ ਦਾ ਕੁਮੈਤ। ਵਿਆਹ ਬਾਈ ਵਾਹ, ਅਫਸਰ ਬਣ ਗਿਆ ਤੂੰ ਤਾਂ। ਹੈਂ ਹਾਂ, ਨਹੀਂ ਨਹੀਂ ਕਾਸਮ ਦਾ ਬਣਿਆ ਤਾਂ ਬਾਤ ਹੁਣ ਸਾਰੀ ਗੱਲ। ਆਹ ਘੋੜੇ ਦਾ ਬੱਚਾ 14 ਮਹੀਨਿਆਂ ਦਾ ਬਛੇਰਾ ਸਜਣੋ, ਇਹਦਾ ਕੱਦ ਚੈੱਕ ਕਰੋ। ਇਸ ਟਾਈਮ ਮੇਰਾ ਖਿਆਲ ਹੈ ਕਿ 60 ਇੰਚ ਕੀਤੀ ਖਲਾ ਹੈ। ਘੋੜਾ ਦੂਆ ਕੱਟ ਲਿਆ ਬੋਲਾ, ਆ ਬਾਂਦੇ ਇਹ ਵੀ ਖਾ ਲਈ, ਸ਼ੌਕ ਕਰੋ। ਕੁੱਤਾ ਵੀ ਯਾਰ ਇਹਨਾਂ ਚੰਗਾ ਰੱਖਿਆ ਹੋਇਆ, ਲਾਈਟ ਜਾਂਦੀ ਪਈ ਹੈ। ਬਾਲ ਇਹਨਾਂ ਦੇ ਡਰਦੇ ਨਹੀਂ ਯਾਰ। ਹਾਂ ਵੈ ਗੜਾ ਵਾ ਇਹਨਾਂ ਦੇ ਸਿਆਣੇ। ਕਿਲਾਈ ਪਰ ਇਸ ਵਛੇਰੇ ਦੀ ਕੀ ਉਮਰ ਦੱਸੀ ਆ ਨੁਕਰੇ ਦੀ? 11 ਮਹੀਨਿਆਂ ਦਾ ਨੁਕਰਾ। ਇਹ ਵਛੇਰਾ ਨਹੀਂ ਵਿਖਾਇਆ, ਕੋਈ ਨਾ ਵੇਚਣਾ। ਅੱਛਾ ਬਿਮਾਰ ਹੋਇਆ ਖਲਾ, ਚਲੋ ਅੱਲਾਹ ਤਾਲਾ ਇਹਨੂੰ ਸਿਹਤ ਦੇਵੇ। ਅੱਛਾ ਜੀ ਦੁਆਕ ਲੱਗਾ ਹੋਇਆ ਜਨਾਬ, ਘੋੜਾ ਦੁਆਕ ਨਹੀਂ ਲੱਗਾ ਤੇ ਅਸੀਲ ਸ਼ਰੀਫ ਹੈ। ਕੱਦ ਤੁਹਾਡੇ ਸਾਹਮਣੇ ਤਕਰੀਬਨ ਕੋਈ 9-8 ਇੰਚ, ਤਕਰੀਬਨ 60 ਇੰਚ। ਲਾਦੂ ਨਿਕਲਿਆ ਹੋਇਆ, ਖੈਰ ਹੋ ਗਈ।
ਵਾਹ ਚਲੋ ਜੀ ਚੰਗਾ ਸ਼ੌਕ ਹੋ ਗਿਆ ਬਸ ਘੋੜਾ ਬਸ ਦੇ ਦੋਸਤੋ ਉਤਰ ਗਿਆ ਔਰ ਮੈਂ ਹਾਲੇ ਇੱਥੋਂ ਚੰਗੋ ਨਿਕਲ ਕੇ ਫੈਸਲਾਬਾਦ ਜਾਣਾ ਮੈਂ ਮਸਾਲੇ ਦਾ ਸਮਾਨ ਲੈਣਾ ਲੈ ਕੇ ਘਰ ਜਾਣਾ ਫਿਰ ਕੋਈ ਵੀਡੀਓ ਐਡਿਟ ਕਰਕੇ ਲਾਵਾਂਗਾ ਚੈਨਲ ਦੇ ਉੱਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੇਣਾ ਇਹਦੇ ਨਾਲ ਆਪਣੇ ਵੀਰ ਸਗੀਰ ਅਬਾਸ ਨੂੰ ਦਿਓ ਇਜਾਜ਼ਤ ਪ੍ਰਾਪਤ